Ole Sonehal. ਅਸੀਂ ਬਿਲਕੁਲ ਪੂਰੇ ਉਤਰਾਂਗੇ ਵਾਅਦਾ ਕੀਤਾ ਲੋਕਾਂ ਨਾਲ ਕਿ ਜੇ ਅਸੀਂ ਨਾ ਪੂਰਾ ਕਰ ਸਕੇ ਛੱਡ ਕੇ ਚਲੇ ਜਾਵਾਂਗੇ ਲੇਕਿਨ ਪੂਰਾ ਉਤਰਾਂਗੇ ਵਾਅਦਾ ਕੀਤਾ ਹੈ ਔਰ ਅੱਜ ਵੀ ਅਰਦਾਸ ਕੀਤੀ ਹੈ ਕਿ ਸਾਨੂੰ ਗੁਰੂ ਕਿਰਪਾ ਕਰੇ ਕਿ ਅਸੀਂ ਉਹਨਾਂ ਦੇ ਲੋਕਾਂ ਨੂੰ ਮਾਲੇ ਪੂਰੀ ਸਾਡੀ ਅਸੀਂ ਲੜਾਈ ਵੀ ਇਸੇ ਵਾਸਤੇ ਆ ਅੱਜ ਅਸੀਂ ਇਸੇ ਗਾਇਆ ਅੱਜ ਦਾ ਦਿਨ ਕਿਉਂ ਚੁਣਿਆ ਸੀ ਅੱਜ ਦਾ ਦਿਨ ਇਸ ਕਰਕੇ ਚੁਣਿਆ ਸੀ ਕਿ ਇੱਕ ਤਾਂ ਇਸ ਦਿਨ ਐਕਟ ਪਾਸ ਹੋਇਆ ਸੀ 500 ਤੋਂ ਵੱਧ ਕੁਰਬਾਨੀਆਂ ਤੋਂ ਬਾਅਦ ਐਕਟ ਮਿਲਿਆ ਸੀ ਉਹ ਅੱਜ ਦੇ ਦਿਨ ਪਾਸ ਹੋਇਆ ਦੂਜਾ ਇਹ ਸੀ ਕਿ ਅੱਜ ਦੇ ਐਮਰਜੈਂਸੀ ਜਦੋਂ ਬਹੁਤ ਬੜਾ ਇੰਦਰਾ ਗਾਂਧੀ ਨੇ ਜ਼ੁਲਮ ਕੀਤਾ ਸਾਰੇ ਦੇਸ਼ 'ਤੇ ਔਰ ਉਹਦੇ ਖਿਲਾਫ਼ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਕੋਈ ਨਹੀਂ ਸੀ ਬਣਿਆ ਲੇਕਿਨ ਫੈਸਲਾ ਕਰਕੇ ਇੱਥੇ ਅਕਾਲ ਤਖ਼ਤ ਸਾਹਿਬ 'ਤੇ ਉੱਥੇ ਅਸੀਂ ਲੜਾਈ ਲੜੀ ਸੀ ਅਤੇ ਐਮਰਜੈਂਸੀ ਜਿੰਨਾ ਚਿਰ ਖਤਮ ਨਹੀਂ ਹੋ ਉਦੋਂ ਤੱਕ ਸ਼੍ਰੋਮਣੀ ਅਕਾਲੀ ਦਲ ਲੜਦਾ ਅੱਜ ਦਾ ਦਿਨ ਇਸ ਕਰਕੇ ਚੁਣਿਆ ਕਿ ਦੁਨੀਆਂ 'ਚ ਉਹੀ ਸਾਨੂੰ ਬਖਸ਼ਿਸ਼ ਕਰੇ ਗੁਰੂ ਜਿਹੜੀ ਉਦੋਂ ਸ਼੍ਰੋਮਣੀ ਅਕਾਲੀ ਦਲ ਅਸੀਂ ਛੱਡਿਆ ਕਿਉਂ ਹੈ ਪਾਰਟੀ ਦੇ ਮੈਂਬਰ ਹੀ ਨਹੀਂ ਅਸੀਂ ਉਹਦਾ ਛੱਡ ਕੇ ਤਾਂ ਆਏ ਹਾਂ ਕਿ ਉਹਨਾਂ ਨੇ ਸਾਰਾ ਕੁਝ ਛੱਡਤਾ ਪਾਰਟੀ ਦਾ ਧਿਆਨ ਛੱਡਤਾ ਸ਼੍ਰੋਮਣੀ ਕਮੇਟੀ ਖਾਣੀ ਸ਼ੁਰੂ ਕਰਤੀ ਸ਼੍ਰੋਮਣੀ ਕਮੇਟੀ ਜੋ ਰੋਜ਼ ਹੋ ਰਿਹਾ ਔਰ ਗੁਰੂ ਗ੍ਰੰਥ ਸਾਹਿਬ ਦੀ ਰੋਜ਼ ਬੇਅਦਬੀ ਕਿੰਨੀਆਂ ਹੋਈਆਂ ਅਤੇ 267 ਗੁਰੂ ਮਹਾਰਾਜ ਦੇ ਸਰੂਪ ਬੰਦ ਨਹੀਂ ਪਤਾ ਕਿਤੇ ਨਹੀਂ ਬਰਮਪੁਰਾ ਸਾਹਿਬ ਮੇਰੇ ਪੁਰਾਣੇ ਸਾਥੀ ਨੇ ਮੈਂ ਉਹਨਾਂ ਨੂੰ ਹੁਣ ਵੀ ਉਹਨਾਂ ਨੂੰ ਆਓ ਉਹਨਾਂ ਨੂੰ ਅਸੀਂ ਕਿਹਾ ਵੀ ਤੁਸੀਂ ਸਰਪ੍ਰਸਤ ਬਣੋ ਸਾਡੇ ਅਸੀਂ ਤਾਂ ਜੋ ਪੰਜਾਬ ਦੇ ਮਸਲੇ ਨੇ ਜੋ ਸਿੱਖਾਂ ਦੇ ਮੁੱਦੇ ਨੇ ਵਿਸ਼ਵ ਦੇ ਵਿੱਚ ਉਹਨਾਂ ਸਾਰਿਆਂ ਨੂੰ ਲੈ ਕੇ ਸਭ ਦੀ ਲੜਾਈ ਲੰਘੇ ਅਤੇ ਰਣਨੀਤੀ ਜਿਹੜੀ ਹੈ ਉਹ ਤਾਂ ਸਾਰੀ ਪਾਰਟੀ ਬੈਠ ਕੇ ਤੈਅ ਕਰੇ ਕਿ ਮੈਂ ਤਾਂ ਪਹਿਲਾਂ ਤੈਅ ਕਰਨਾ ਰੱਖਾਂਗਾ ਅਸੀਂ ਜੋ ਮੁੱਦੇ ਸ਼੍ਰੋਮਣੀ ਅਕਾਲੀ ਦਲ ਦੇ ਸ਼ੁਰੂ ਤੋਂ ਰਹੇ ਨੇ ਉਹਨਾਂ ਨੂੰ ਨਹੀਂ ਛੱਡਾਂਗੇ ਹਮੇਸ਼ਾ ਉਹਦੇ ਪੂਰਾ ਪਹਿਰਾ ਦੇਵਾਂਗੇ ਸਾਡਾ ਮਤਲਬ ਆਪਦਾ ਨਿੱਜੀ ਮਫਾਦ ਨੂੰ ਮੁੱਖ ਰੱਖ ਕੇ ਜਿਹੜੇ ਫੈਸਲੇ ਜਿਸ ਤਰ੍ਹਾਂ ਕਰਦੀ ਰਹੀ ਹੈ ਪਿਛਲੇ ਸਮੇਂ 'ਚ ਉਹਨਾਂ ਤੋਂ ਅਸੀਂ ਹਮੇਸ਼ਾ ਪਰਹੇਜ਼ ਕਰਾਂ ਜੇ ਅਸੀਂ ਪਾਰਟੀ ਦੇਖੋ ਪਾਰਟੀ ਛੱਡਣੀ ਇੱਕੋਦਮ ਨਹੀਂ ਸਮਝਦਾ ਬੰਦਾ ਹਮੇਸ਼ਾ ਕੋਸ਼ਿਸ਼ ਕਰਦਾ ਵੀ ਜੋ ਕਮੀਆਂ ਨੇ ਉਹਨਾਂ ਨੂੰ ਸੁਧਾਰਿਆ ਜਾਵੇ ਪਾਰਟੀ ਦੇ ਵਿੱਚ ਰਹਿ ਕੇ ਗੱਲ ਕੀਤੀ ਜਾਵੇ ਸੋ ਉਹ ਯਤਨ ਸਾਡਾ ਜਾਰੀ ਕਰ ਅਸੀਂ ਕਰਦੇ ਰਹੇ ਆਪਦੇ ਯਤਨ ਅਤੇ ਢੀਂਚਾ ਸਾਹਿਬ ਵੀ ਕਰਦੇ ਰਹੇ ਅਤੇ ਜਦ ਇਹ ਸਾਰੀਆਂ ਗੱਲਾਂ ਕਿਸੇ ਸਿੱਟੇ ਨਾ ਪਹੁੰਚੀਆਂ ਫਿਰ ਜਾ ਕੇ ਉਹਨਾਂ ਨੇ ਫੈਸਲਾ ਕੀਤਾ ਅਤੇ ਜਿਹੜਾ ਅੱਜ ਚਾਹੇ ਸ਼੍ਰੋਮਣੀ ਅਕਾਲੀ ਦਲ ਰਜਿਸਟਰਡ ਉਹਨਾਂ ਕੋਲ ਜ਼ਰੂਰ ਹੈ ਰਜਿਸਟਰ ਕਰਾ ਰੱਖੀ ਉਹਨਾਂ ਨੇ ਪਰ ਉਹ ਅਸਲੀ ਸ਼੍ਰੋਮਣੀ ਅਕਾਲੀ ਦਲ ਦੇ ਸਿਧਾਂਤਾਂ 'ਤੇ ਨਾ ਖੜ੍ਹੇ ਨੇ ਨਾ ਹੀ ਉਹਨਾਂ 'ਤੇ ਪਹਿਰਾ ਦੇ ਰਹੇ ਨੇ ਅਤੇ ਉਹਨਾਂ ਨੂੰ ਅਕਾਲੀ ਘਾਉਣ ਦਾ ਹੱਕ ਹੀ ਨਹੀਂ